加点柠檬。ਦੇਖ ਬਈ ਕੁੜੀ ਤਾਂ ਸਾਨੂੰ ਪਸੰਦ ਹੈ, ਮੈਂ ਮੰਗੂ ਨੂੰ ਪਹਿਲਾਂ ਸਾਰਾ ਕੁਛ ਸਮਝਾਇਆ ਕਰਦੀ ਆ, ਸਾਡੇ ਵੱਲੋਂ ਤਾਂ ਇਹ ਰਿਸ਼ਤਾ ਪੱਕਾ ਹੀ ਸਮਝ। ਫਿਰ ਸਾਡੇ ਵੱਲੋਂ ਵੀ ਪੱਕਾ ਹੀ ਸਮਝ, ਅਤੇ ਮੁੰਡਾ ਸੋਹਣਾ ਸੁਨੱਖਾ ਹੈ, ਕੰਮ ਕਾਰ ਵੀ ਵਧੀਆ। ਦੇਖਦਾ ਕੀ ਆ ਬਈ, ਫੜਾ ਦੇ ਕੁੜੀ ਨੂੰ ਰਿੰਗ। ਇਹ ਕੀ ਹੈ ਬਈ, ਤੁਸੀਂ ਬੈਠੋ ਮੈਂ ਆਉਣਾ। ਕਮਲ ਇਹ ਕੀ ਹੈ ਸਭ? ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਨਹੀਂ ਮਿਲਣਾ ਇਹਨਾਂ ਨੂੰ। ਚੰਗੇ ਘਰ ਦਾ ਮੁੰਡਾ ਗਾ, ਪੜ੍ਹਿਆ ਲਿਖਿਆ ਵੀ ਆ, ਤੈਨੂੰ ਕੀ ਚੱਕਰ ਇਹਦੇ 'ਚ? ਵੀਰੇ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਮੈਂ ਸੈਂਟੀ ਨੂੰ ਪਿਆਰ ਕਰਦੀ ਹਾਂ ਅਤੇ ਮੈਂ ਵਿਆਹ ਵੀ ਉਹਦੇ ਨਾਲ ਹੀ ਕਰਾਉਣਾ। ਗੱਲ ਸੁਣ ਲਾ, ਨਾ ਤਾਂ ਤੇਰਾ ਵਿਆਹ ਉਹਦੇ ਨਾਲ ਹੋਣ ਦੇਣਾ, ਨਾ ਹੀ ਕਰਨਾ ਮੈਂ। ਇੱਦਾਂ ਹੈ ਨਾ ਫਿਰ, ਇੱਥੇ ਮੈਂ ਵੀ ਨਹੀਂ ਕਰਾਉਂਦੀ। ਹੁਣ ਅਗਲੇ ਆਏ ਬੈਠੇ ਨੇ, ਹੁਣ ਅਗਲੇ ਆਏ ਬੈਠੇ ਨੇਗੇ, ਕੀ ਜਵਾਬ ਦਊਂਗਾ ਉਹਨਾਂ ਨੂੰ? ਮੈਂ ਬੁਲਾਏ ਸੀ, ਤੁਸੀਂ ਬੁਲਾਇਆ ਨਾ, ਤੁਸੀਂ ਉਹ ਜਵਾਬ ਦਿਓ। ਮੈਂ ਇੱਥੇ ਵਿਆਹ ਨਹੀਂ ਕਰਾਉਣਾ। ਕਿਉਂ ਮੇਰੀ ਬੇਇੱਜ਼ਤੀ ਕਰਾਏਂਗੀ? ਕੀ ਕਹਿੰਦੀ ਹੈ ਬਈ ਕੁੜੀ? ਮੇਰੀ ਭੈਣ ਨਾ ਕਰਦੀ ਹੈ ਰਿਸ਼ਤੇ ਤੋਂ, ਉਹਨੂੰ ਪਸੰਦ ਨਹੀਂ ਹੈਗਾ ਰਿਸ਼ਤਾ ਇਹ। ਬਈ ਫਿਰ ਸਾਨੂੰ ਬੁਲਾਇਆ ਕਾਹਦੇ ਵਾਸਤੇ ਸੀ? ਬੇਇੱਜ਼ਤੀ ਕਰਨ ਵਾਸਤੇ ਬੁਲਾਇਆ ਸੀਗਾ? ਮੈਂ ਤੈਨੂੰ ਪਹਿਲਾਂ ਕਿਹਾ ਸੀ ਤੂੰ ਕੁੜੀ ਨੂੰ ਪੁੱਛ ਲੈ ਪੁੱਛ ਲੈ। ਚੱਲ ਕੋਈ ਗੱਲ ਨਹੀਂ, ਮੈਂ ਦੁਬਾਰਾ ਕੋਸ਼ਿਸ਼ ਕਰ ਲੂੰਗਾ, ਜੇ ਹਾਂ ਹੋ ਗਈ ਤੈਨੂੰ ਫੋਨ ਕਰ ਦੂੰਗਾ। ਐਂ ਅਸੀਂ ਹੁਣ ਦੁਬਾਰਾ ਦੁਬਾਰਾ ਬੇਇੱਜ਼ਤੀ ਕਰਾਉਣ ਆਵਾਂਗੇ ਉਰੇ? ਸਾਡੀ ਅੱਜੇ ਬੇਇੱਜ਼ਤੀ ਹੋ ਗਈ, ਆ ਜਾ ਮੰਗੂ ਚੱਲੀਏ। ਮਾਤਾ ਤੇਰਾ ਮੁੰਡਾ ਕਿੱਥੇ? ਮਾਤਾ ਮੈਂ ਪਛਾਣਿਆ ਨਹੀਂ ਪੁੱਤ, ਤੂੰ ਕੌਣ ਹੈ, ਕੀ ਕੰਮ ਹੈ ਤੈਨੂੰ? ਮਾਤਾ ਜਿੰਨਾ ਕਿਹਾ ਨਾ ਉਹਨਾਂ ਦੱਸ ਦੇ, ਤੇਰਾ ਮੁੰਡਾ ਕਿੱਥੇ? ਬੁਲਾ ਉਹਨੂੰ। ਕੀ ਗੱਲ ਹੋ ਗਈ ਪੁੱਤ, ਇੰਨਾ ਰੋਹ ਵਿੱਚ ਬੋਲਦਾ? ਕੋਈ ਗੱਲ ਨਹੀਂ ਮਾਤਾ, ਬੁਲਾ ਤੂੰ ਮੁੰਡੇ ਤੇਰੇ ਨੂੰ। ਸੁੱਖ ਤਾਂ ਹੈ ਪੁੱਤ? ਆਹੋ ਸੁੱਖ ਆ ਮਾਤਾ। ਕੋਈ ਨਹੀਂ ਆ ਜਾਂਦਾ ਮੇਰੇ ਨੂੰ। ਬਾਈ ਤੁਸੀਂ? ਹਾਂ ਹਾਂ ਮੈਂ ਤੇਰੇ ਨਾਲ ਹੀ ਗੱਲ ਕਰਨ ਆਇਆ ਮੈਂ ਇੱਥੇ। ਦੱਸੋ ਬਈ ਕੀ ਗੱਲ ਕਰਨੀ ਆ, ਆਪਾਂ ਬਹਿ ਕੇ ਗੱਲ ਕਰ ਲੈਂਦੇ ਆ। ਬੈਠਣ ਹੀ ਆਇਆ ਮੈਂ ਇੱਥੇ। ਹੋਇਆ ਕੀ ਆ ਮੈਨੂੰ ਦੱਸਤਾ ਦੋ। ਤੈਨੂੰ ਸਾਰਾ ਪਤਾ ਵੀ ਮੈਂ ਇੱਥੇ ਕਿਉਂ ਆਇਆਗਾ। ਪੁੱਤ ਤੂੰ ਜਾਣਦਾ ਇਹਨੂੰ? ਉਹ ਮੰਮੀ ਤੂੰ ਇੱਕ ਮਿੰਟ ਚੁੱਪ ਕਰ, ਮੈਨੂੰ ਕੰਮਾਂ ਫਰਾ ਕੇ ਗੱਲ ਕਰਨੀ ਨਹੀਂ ਆਉਂਦੀ। ਤੂੰ ਸਿਰਫ ਮੇਰੀ ਭੈਣ ਪਿੱਛੇ ਨਾ ਪੈਸਿਆਂ ਕਰਕੇ ਲੱਗਿਆ ਹੋਇਆ। ਦੱਸ ਤੈਨੂੰ ਕਿੰਨੇ ਪੈਸੇ ਚਾਹੀਦੇ ਨੇ? ਮੈਂ ਦਊਂਗਾ ਤੈਨੂੰ, ਪਰ ਕੰਮ ਦਾ ਖਹਿੜਾ ਛੱਡ ਦੇ। ਬਾਈ ਤੁਸੀਂ ਗਲਤ ਸਮਝ ਰਹੇ ਹੋ, ਮੈਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ। ਜਿਵੇਂ ਕਮਲ ਦੀ ਮਰਜ਼ੀ ਹੋਊ ਮੈਂ ਤਾਂ ਬਸ ਉਵੇਂ ਕਰੂੰਗਾ। ਮੇਰੀ ਭੈਣ ਨੂੰ ਬੜੇ ਚਾਵਾਂ ਨਾਲ ਪਾਲਿਆ ਮੈਂ, ਜੇ 10-20 ਲੱਖ ਰੁਪਏ ਦੀ ਲੋੜ ਆ ਨਾ ਤਾਂ ਦੱਸ ਦੇ, ਨਾਲ ਤੇਰੇ ਕੋਲ ਹੈ ਕੀ ਆ ਓਏ? ਬਾਈ ਸਾਡੇ ਲਵੇ ਭਾਵੇਂ ਕੁਛ ਨਹੀਂ ਹੈਗਾ, ਪਰ ਮੈਂ ਤੁਹਾਨੂੰ ਕਹਿ ਰਿਹਾ ਜਿਵੇਂ ਕਮਲ ਦੀ ਮਰਜ਼ੀ ਹੋਊ ਮੈਂ ਤਾਂ ਉਵੇਂ ਕਰੂੰਗਾ, ਨਾਲੇ ਮੈਨੂੰ ਕੋਈ ਆ ਪੈਸਿਆਂ ਦਾ ਲਾਲਚ ਨਹੀਂ ਹੈਗਾ। ਪੈਸਿਆਂ ਦਾ ਲਾਲਚ ਨਹੀਂ ਹੈਗਾ, ਹੋਰ ਕੀ ਹੈਗਾ ਇਹ? ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਬਾਈ, ਹੋਰ ਕੁਛ ਨਹੀਂ। ਗੱਲ ਸੁਣ ਲਾ, ਤੁਸੀਂ ਤਾਂ ਉਹ ਕੰਮ ਕਰਦੇ ਹੋ ਮੋਰੀ ਅੱਡੇ ਚਵਾਰੇ ਨੂੰ ਲਾਉਣ ਫਿਰਦੇ ਹੋ, ਮਾਤਾ ਸਮਝਾ ਲਾ ਤੇਰੇ ਮੁੰਡੇ ਨੂੰ। ਕੋਈ ਨਾ ਪੁੱਤ ਤੂੰ ਚੁੱਪ ਕਰ ਜਾ,
ਮੇਰੇ ਪੁੱਤ ਨੂੰ ਮੈਂ ਆਪੇ ਸਮਝਾ ਦੂੰਗੀ। ਰੌਲਾ ਨਾ ਪਾ ਹਾੜੇ ਰੱਬ ਦੇ ਵਾਸਤੇ। ਤੈਨੂੰ ਲਾਸਟ ਵਾਰੀ ਸਮਝਾਉਣ ਆਇਆ ਮੈਂ ਇੱਥੇ, ਠੀਕ ਆ? ਵਾਰ ਵਾਰ ਨਹੀਂ ਆਉਂਦਾ ਹੈਗਾ, ਲਾਸਟ ਵਾਰੀ ਸਮਝਾਉਣਾ ਆਇਆ ਤੈਨੂੰ। ਮੈਂ ਤਾਂ ਸਮਝਾ ਲਾ ਉਹਦੇ ਮੁੰਡੇ ਨੂੰ। ਕੋਈ ਨਾ ਪੁੱਤ, ਸਮਝਾ ਦੂੰਗੀ, ਤੂੰ ਵਗ ਜਾ। ਪੁੱਤ ਛੱਡ ਦੇ ਨਾ ਕੁੜੀਆਂ ਦਾ ਖਹਿੜਾ, ਇਹ ਇੱਕ ਅਮੀਰ ਨੇ, ਆਪਾਂ ਗਰੀਬ ਹਾਂ ਪੁੱਤ, ਇਹ ਕੁੜੀਆਂ ਕੁਛ ਵੀ ਕਰ ਸਕਦੀਆਂ ਨੇਗੀਆਂ। ਉਹ ਮੰਮੀ ਐਵੇਂ ਨਹੀਂ ਡਰੀਦਾ ਹੁੰਦਾ, ਕੁਛ ਨਹੀਂ ਹੁੰਦਾ। ਉਹ ਨਾਲੇ ਉਹ ਵੀ ਮੇਰਾ ਬਹੁਤ ਕਰਦੀ ਆ, ਕਿਵੇਂ ਛੱਡਦਾ ਉਹਨੂੰ, ਬਹੁਤ ਪਿਆਰ ਕਰਦੀ ਆ ਮੈਨੂੰ ਉਹ। ਪੁੱਤ ਤੂੰ ਹੀ ਤਾਂ ਇੱਕ ਮੇਰਾ ਸਹਾਰਾ ਹੈਗਾ, ਜੇ ਤੈਨੂੰ ਕੁਛ ਹੋ ਗਿਆ ਤਾਂ ਮੇਰਾ ਕੀ ਬਣੂਗਾ। ਉਹ ਯਾਰ ਕੁਛ ਨਹੀਂ ਹੁੰਦਾ ਐਵੇਂ, ਤੂੰ ਨਾ ਡਰ, ਟੈਨਸ਼ਨ ਨਾ ਲੈ, ਦੇਖੀ ਜਾਊ ਜਿਹੜਾ ਕੁਛ ਹੋਊਗਾ, ਤੂੰ ਆ ਜਾ। ਚੰਗਾ ਪੁੱਤ, ਆਪਦਾ ਖਿਆਲ ਰੱਖ। ਕਮਲ ਪਾਗਲ ਹੋ ਗਈ ਤੂੰ, ਆਹੀ ਕਰ ਰਹੀ ਆ? ਕੀ ਕਰਾਂ ਮੈਂ ਵੀਰੇ, ਨਾ ਤਾਂ ਮੈਂ ਤੁਹਾਨੂੰ ਦੁਖੀ ਦੇਖ ਸਕਦੀ ਹਾਂ ਤੇ ਨਾ ਮੈਂ ਸੈਂਟੀ ਨੂੰ ਧੋਖਾ ਦੇ ਸਕਦੀ ਹਾਂ, ਕੀ ਕਰਾਂ? ਚੱਲ ਠੀਕ ਆ, ਹੁਣ ਤੇਰਾ ਇਹੀ ਫੈਸਲਾ, ਤੇਰਾ ਵਿਆਹ ਕਰ ਦੇਣਾ ਉਹਦੇ ਨਾਲ। ਪਰ ਮੈਂ ਉਹਦੇ ਬਾਰੇ ਪਤਾ ਕੀਤਾ, ਉਹਦੇ ਕੋਲ ਕੁਛ ਨਹੀਂ ਹੈਗਾ। ਚੱਲ ਠੀਕ ਆ, ਤੇਰਾ ਇਹੀ ਫੈਸਲਾ, ਕਰ ਦਿੰਦਾ ਵਿਆਹ ਉਹਦੇ ਨਾਲ। ਉਹਨੂੰ ਕਹਿ ਦੇ ਕਿ ਆਪਣੀ ਮੰਮੀ ਨਾਲ ਲੈ ਕੇ ਕੱਲ੍ਹ ਨੂੰ ਉਰੇ ਆ ਜਾ ਆਪਣੇ ਘਰੇ। ਸੱਚੀ ਵੀਰੇ? ਹਾਂ ਸੈਂਟੀ, ਵੀਰੇ ਨੇ ਆਪਣੇ ਰਿਸ਼ਤੇ ਲਈ ਹਾਂ ਕਰਤੀ। ਉਹ ਨਹੀਂ ਕਮਲਿਆ, ਮੈਂ ਉਹਨੂੰ ਮਨਾ ਲਿਆ ਵਾ, ਤੂੰ ਨਾ ਕੱਲ ਮੰਮੀ ਨੂੰ ਲੈ ਕੇ ਘਰੇ ਆ ਜੀ। ਕੀ ਕਮਲ, ਕੀ ਸੁਣਾ ਮੈਂ ਤੇਰੀ? ਮੈਂ ਤੈਨੂੰ ਕਹਿਤਾ ਨਾ ਕੱਲ ਮੰਮੀ ਨੂੰ ਲੈ ਕੇ ਆ ਜੀ ਬਸ, ਤੇ ਨਾ ਮੈਨੂੰ ਝੂਠਾ ਨਾ ਪਾਈ ਵੀਰੇ ਮੂਰੇ। ਚੰਗਾ ਟਾਈਮ ਨਾ ਲਾ ਜੀ। ਹਾਂ ਹਾਂ ਮੈਂ ਤੈਨੂੰ ਦੱਸਦਾ, ਠੀਕ ਹੈ, ਓਕੇ। ਕੀ ਹੋ ਗਿਆ ਪੁੱਤ? ਮੰਮੀ ਹਾਂ, ਕਮਲ ਨੇ ਨਾ ਆਪਣੇ ਭਾਈ ਨਾਲ ਵੀ ਗੱਲ ਕਰ ਲਈ, ਮੰਨ ਗਿਆ ਉਹਦਾ ਭਾਈ, ਆਪਾਂ ਨੂੰ ਕੱਲ ਨੂੰ ਜਾਣਾ ਪੈਣਾ। ਨਾ ਪੁੱਤ, ਆਪਾਂ ਨਹੀਂ ਜਾਂਦੇ ਉਹਨਾਂ ਦੇ ਘਰੇ, ਕੱਲ ਨੂੰ ਕੋਈ ਵੱਡੀ ਗੱਲਬਾਤ ਹੋ ਗਈ, ਉਹ ਤਾਂ ਕਹਿਣਗੇ ਉਹ ਸਾਡੇ ਘਰੇ ਆਏ ਨੇ। ਮੰਮੀ ਤੂੰ ਕਿਹੋ ਜਿਹੀਆਂ ਗੱਲਾਂ ਕਰਦੀਆਂ, ਹੁਣ ਤਾਂ ਉਹਨੇ ਆਪਦਾ ਭਾਈ ਵੀ ਮਨਾ ਲਿਆ, ਜੇ ਆਪਾਂ ਨਾ ਗਏ ਨਾ ਸਾਰੀ ਗੱਲ ਕਮਲ ਤੇ ਆ ਜੂਗੀ। ਨਾ ਪੁੱਤ, ਮੇਰਾ ਮਨੀ ਰਾਮ ਨਹੀਂ ਮੰਨਦਾ ਵੀ ਆਪਾਂ ਉਹਨਾਂ ਦੇ ਘਰੇ ਜਾਈਏ। ਮੰਮੀ ਤੂੰ ਕੀ ਚਾਹੁੰਦੀ ਆ, ਮੇਰਾ ਰਿਸ਼ਤਾ ਨਾ ਹੋਵੇ? ਨਹੀਂ ਪੁੱਤ, ਮੈਂ ਤਾਂ ਤੇਰੀ ਬਹੁਤ ਖੁਸ਼ੀ ਚਾਹੁੰਦੀ ਹਾਂ, ਪਰ ਕਰਾਂ ਕੀ, ਮਜਬੂਰ ਹੈ ਪੁੱਤ, ਆਪਣੀ ਬਰਾਬਰੀ ਨਹੀਂ ਉਹਨਾਂ ਨਾਲ। ਤੂੰ ਬਸ ਸਾਰੀ ਗੱਲ ਮੇਰੇ ਤੇ ਛੱਡ ਦੇ, ਮੈਂ ਜੋ ਕਰ ਰਿਹਾ ਨਾ ਬਸ ਮੈਨੂੰ ਕਰਨ ਦੇ। ਮਰਜ਼ੀ ਆ ਪੁੱਤ ਤੇਰੀ, ਮੈਂ ਦੋ ਅੱਗੇ ਕੁਛ ਨਹੀਂ ਕਹਿੰਦੀ ਤੈਨੂੰ, ਜਿਵੇਂ ਤੇਰਾ ਮਨ ਕਰਦਾ ਉਵੇਂ ਕਰ ਲੈ। ਬਸ ਤੈਨੂੰ ਮੈਂ ਕਹਿਤਾ ਆਪਾਂ ਨੇ ਕੱਲ ਨੂੰ ਜਾਣਾ। ਦੇਖੋ ਪਰ ਮੇਰੀ ਇੱਕ ਸ਼ਰਤ ਆ, ਸ਼ਰਤ ਇਹ ਆ ਕਿ ਮੈਂ ਵਿਆਹ 'ਤੇ ਇੱਕ ਰੁਪਿਆ ਨਹੀਂ ਖਰਚ ਕਰਨਾ ਹੈਗਾ, ਅਤੇ ਨਾ ਹੀ ਮੇਰੇ ਤੋਂ ਲੋਹੜੀ ਦਿਵਾਲੀ ਦੀ ਆਸ ਰੱਖਿਓ। ਹਾਂ, ਨਾ ਹੀ ਮੈਂ ਤੁਹਾਡੇ ਘਰੇ ਵੜਨਾ ਉੱਥੇ।
ਰਿਸ਼ਤੇਦਾਰੀ ਆਪਾਂ ਪਾਉਂਦੇ ਆ ਵਰਤਣ ਵਾਸਤੇ ਪਾਉਂਦੇ ਆ, ਸਾਡੇ ਬੰਨਿਆਂ ਦਾ ਭੁੰਮਾ ਤੁਸੀਂ ਰੋਜ਼ ਆਇਆ ਕਰੋ ਜੀ ਸਦਕੇ। ਦੇਖੋ ਬਾਈ, ਇਹ ਤਾਂ ਮੈਂ ਤੁਹਾਨੂੰ ਕੱਲੇ ਕਹਿਤਾ ਸੀ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਨਾ ਸਾਨੂੰ ਪੈਸੇ ਦੀ ਲੋੜ ਆ। ਬਾਕੀ ਤੁਹਾਡੀ ਮਰਜ਼ੀ ਆ, ਤੁਸੀਂ ਜਿਵੇਂ ਮਰਜ਼ੀ ਸਾਡੇ ਘਰ ਆ ਸਕਦੇ ਹੋ, ਜੀ ਆਇਆਂ ਨੂੰ ਆ ਤੁਹਾਨੂੰ, ਅਸੀਂ ਨਾ ਨਹੀਂ ਕਰਦੇ। ਬਸ ਤੁਸੀਂ ਐਂ ਕਰੋ, ਮੈਂ ਕਮਲ ਦੇ ਕੱਲ੍ਹ ਹੀ ਨੰਦ ਦੇ ਦੂੰਗਾ, ਕਿਉਂਕਿ ਨਹੀਂ ਮੇਰੀ ਬੇਇੱਜ਼ਤੀ ਆ ਪਿੰਡ 'ਚ, ਜੇ ਪਿੰਡ 'ਚ ਪਤਾ ਲੱਗ ਗਿਆ। ਫਿਰ ਤੁਸੀਂ ਆ ਕੀ ਕਹਿ ਰਹੇ ਹੋ? ਬਸ ਕਮਲ ਚੁੱਪ ਕਰ ਜਾ, ਤੈਨੂੰ ਕਹਿਤਾ ਨਾ। ਪੁੱਤ ਹਜੇ ਤਾਂ ਅਸੀਂ ਤਿਆਰੀ ਵੀ ਨਹੀਂ ਕੀਤੀ ਕੋਈ, ਸਾਨੂੰ ਦੋ ਦਿਨਾਂ ਦਾ ਸਮਾਂ ਤਾਂ ਦੇ। ਨਹੀਂ ਮਾਤਾ ਜੀ, ਤੁਹਾਨੂੰ ਕਹਿਤਾ, ਬਾਕੀ ਤੁਹਾਡੀ ਮਰਜ਼ੀ ਆ, ਅੱਗੇ ਮੈਂ ਤਾਂ ਇੰਨਾ ਹੀ ਕਰ ਸਕਦਾ। ਜਿਉਂਦੀ ਰਹਿ, ਖੁਸ਼ ਰਹਿ, ਜਿਉਂਦਾ ਰਹਿ। ਪੁੱਤ ਅੱਜ ਤੋਂ ਬਾਅਦ ਮੇਰੇ ਪੈਰੀ ਹੱਥ ਨਾ ਲਾਈ ਤੂੰ। ਕਿਉਂ ਮੰਮੀ ਜੀ? ਤੂੰ ਮੇਰੀ ਨੂੰਹ ਨੀ, ਤੂੰ ਮੇਰੀ ਧੀ ਆ ਕੀ, ਧੀਆਂ ਕਿਤੇ ਪੈਰੀ ਹੱਥ ਲਾਉਂਦੀਆਂ ਹੁੰਦੀਆਂ? ਕਹੋ, ਇਹਨੇ ਸਿਰ ਚੜ ਜਾਣਾ, ਲੋਟ ਨੀ ਆਉਣਾ ਫਿਰ ਇਹਨੇ। ਤੈਨੂੰ ਕੀ ਹੋਇਆ ਵੇ? ਚੁੱਪ ਕਰ। ਮੈਨੂੰ ਕੀ ਹੋਣਾ, ਮੈਂ ਤਾਂ ਠੀਕ ਹਾਂ ਬਿਲਕੁਲ। ਪੁੱਤ ਤੂੰ ਅੱਜ ਮਿੱਠੇ 'ਚ ਕੀ ਖਾਣਾ ਗਾ, ਮੈਂ ਤੈਨੂੰ ਉਹੀ ਕੁਛ ਬਣਾ ਦਿੰਦੀ ਹਾਂ। ਨਹੀਂ ਨਹੀਂ ਮੰਮੀ ਜੀ, ਤੁਸੀਂ ਕਿਉਂ ਬਣਾਓਗੇ, ਮੈਂ ਹੈਗੀ ਹਾਂ ਨਾ, ਮੈਂ ਬਣਾ ਕੇ ਲਿਆਉਂਦੀ ਹਾਂ। ਓਹੋ, ਪਹਿਲਾ ਦਿਨ ਆ ਪੁੱਤ, ਪਹਿਲੇ ਦਿਨ ਨੂੰਹਾਂ ਨਹੀਂ ਬਣਾਉਂਦੀਆਂ ਹੁੰਦੀਆਂ, ਸੱਸ ਹੀ ਬਣਾ ਕੇ ਦਿੰਦੀ ਹੁੰਦੀ ਆ, ਅਤੇ ਸਾਰੀ ਉਮਰ ਹੀ ਕਰਨਾ ਤੂੰ ਕੰਮ, ਫਿਰ ਮੈਨੂੰ ਬੈਠੀ ਨੂੰ ਖਵਾ ਦੀ। ਆਪਣੇ ਪੁੱਠਾ ਰਿਵਾਜ਼ ਨਹੀਂ ਚੱਲ ਰਿਹਾ ਘਰੇ, ਸੱਸ ਕਹਿੰਦੀ ਮੈਂ ਹੀ ਕੰਮ ਕਰਨਾ, ਇਹਨੂੰ ਆਪਾਂ ਨੇ ਪਲੰਘ 'ਤੇ ਬਿਠਾਈ ਰੱਖਣਾ, ਇਹ ਕਦੇ ਵਾਸਤੇ ਲਿਆਤੀ ਆ? ਟਿਕ ਜਾਵੇ, ਜਾ ਉਹਦਾ ਕੰਮ ਕਰ ਜਾ ਕੇ, ਵਿੱਚ ਬੋਲੀ ਜਾਂਦਾ। ਐਵੇਂ ਨਾ ਮੇਰੀ ਨੂੰਹ ਰਾਣੀ ਨੂੰ ਕੁਛ ਕਹਿ। ਕੋਈ ਨਾ। ਚੰਗਾ ਪੁੱਤ, ਹੁਣ ਤਾਂ ਨੂੰਹ ਰਾਣੀ ਦਾ ਪਿਆਰ ਆ ਰਿਹਾ, ਜਿੱਦਣ ਇਹ ਸਿਰ ਚੜ ਗਈ ਨਾ ਤੇਰੇ, ਉਦਣ ਪਤਾ ਲੱਗੂ। ਕਿਤੇ ਨਹੀਂ ਸਿਰ ਚੜ੍ਹਦੀ, ਇਹ ਤਾਂ ਮੇਰੀ ਨੂੰਹ ਬਹੁਤ ਨਰਮ ਹੈਗੀ, ਐਂ ਪਿਆਰ ਕਰੂਗੀ। ਚੰਗਾ ਪੁੱਤ, ਮੈਂ ਬਣਾ ਕੇ ਲਿਆਉਂਦੀ। ਮੰਮੀ ਕਿੰਨੇ ਚੰਗੇ ਨੇ ਨਾ। ਮੇਰੀ ਮਾਂ ਬਹੁਤ ਭੋਲੀ ਆ, ਇਹਦੀ ਕਦਰ ਕਰਿਆ ਕਰੀ। ਤੁਸੀਂ ਬਿਲਕੁਲ ਟੈਨਸ਼ਨ ਨਾ ਲਓ, ਮੈਂ ਧਿਆਨ ਰੱਖੂ ਮੰਮੀ ਦਾ। ਚੱਲ ਹੁਣ ਫਿਰ ਮੈਂ ਵੀ ਜਾਣਾ, ਮੈਨੇ ਕੰਮ ਕਰਨੇ ਨੇ। ਤੁਸੀਂ ਕਿੱਥੇ ਜਾ ਰਹੇ ਹੋ? ਹੈ ਦੇਖ, ਹੁਣ ਮੈਂ ਕੰਮ ਵੀ ਨਾ ਕਰਾਂ ਯਾਰ, ਤੁਹਾਨੂੰ ਪਤਾ ਨਾ ਮੇਰਾ ਤੁਹਾਡੇ ਬਿਨਾਂ ਜੀ ਨਹੀਂ ਲੱਗਣਾ, ਮੈਂ ਕੀ ਕਰੂੰਗੀ? ਮਾਂ ਤਾਂ ਹੈਗੀ ਆ, ਤੂੰ ਉਹਦੇ ਨਾਲ ਗੱਲਾਂ ਕਰੀ, ਇਕੱਲੀ ਤਾਂ ਨਹੀਂ ਹੈਗੀ ਤੂੰ ਘਰੇ। ਠੀਕ ਹੈ, ਛੇਤੀ ਆਇਓ। ਕੀ ਗੱਲ ਹੋ ਗਈ ਪੁੱਤ? ਕੁਛ ਨਹੀਂ ਮੰਮੀ, ਉਹ ਕੰਮ 'ਤੇ ਗਏ ਨੇ ਨਾ, ਮੇਰਾ ਜੀ ਨਹੀਂ ਲੱਗਦਾ ਪਿਆ। ਓਹੋ ਪੁੱਤ, ਕੰਮ ਤਾਂ ਕਰਨਾ ਹੀ ਹੈ। ਲੈ, ਤੇਰੇ ਵਾਸਤੇ ਖੀਰ ਬਣਾਈ ਹੈ, ਲੈ ਤੈਨੂੰ ਖਵਾਵਾਂ। ਕੀ ਗੱਲ ਪੁੱਤ, ਸਵਾਦ ਨਹੀਂ ਬਣੇ? ਨਹੀਂ ਮੰਮੀ, ਮੇਰੀ ਮੰਮੀ ਵੀ ਨਾ ਮੈਨੂੰ ਇੱਦਾਂ ਹੀ ਖੀਰ ਖਵਾਉਂਦੇ ਸੀ। ਮੈਂ ਵੀ ਤਾਂ ਪੁੱਤ ਤੇਰੀ ਮਾਂ ਹੀ ਹੈ, ਜਿਹੜੀ ਤੈਨੂੰ ਖੀਰ ਖਵਾਈ ਜਾਂਦੀ ਹੈ। ਆਏ ਨਹੀਂ ਕਰਦੇ ਹੁੰਦੇ ਪੁੱਤ। ਹੋ ਗਿਆ,
ਸੱਸ ਨੂੰਹਾਂ ਦੀਆਂ ਚੁਗਲੀਆਂ ਹਾਲੇ ਮੁੱਕੀਆਂ ਨਹੀਂ ਬਾਈ। ਚੁੱਪ ਕਰ, ਹਰ ਟਾਈਮ ਮੇਰੀ ਨੂੰਹ ਨੂੰ ਟੋਕਦਾ ਰਹਿੰਦਾ। ਮੈਂ ਕੀ ਟੋਕਿਆ ਇਹਨੂੰ? ਤੂੰ ਐਂ ਕਰ, ਇਹਨੂੰ ਸ਼ਹਿਰ ਲੈ ਕੇ ਜਾ, ਇਹਨੂੰ ਨਾ ਕੁਛ ਨਾ ਦਬਾ ਲਿਆ, ਆਪਾਂ ਵਿਆਹ ਨੂੰ ਵੀ ਨਹੀਂ ਕੁਛ ਦਬਾਇਆ ਸੀ। ਉਹ ਮੈਂ ਨਹੀਂ ਇਹਨੂੰ ਲੈ ਕੇ ਜਾਂਦਾ, ਉਹ ਖਰਚਾ ਬੜਾ ਕਰਦੀ ਹੈ, ਤੈਨੂੰ ਕੀ ਪਤਾ ਮੰਮੀ? ਮੰਮੀ ਦੇਖ ਲਓ ਇੱਦਾਂ ਹੀ ਕਰਦਾ ਮੇਰੇ ਨਾਲ ਇਹ। ਕੋਈ ਨਾ ਪੁੱਤ, ਨਾ ਚੌੜ ਕਰਦਾ, ਗੱਲ ਸੁਣ ਪਿਆ ਮੁੰਡਿਆ, ਜਾ ਲੈ ਕੇ ਜਾ। ਮੰਮੀ ਮੰਨ ਲਿਆ ਕਰ, ਜਦੋਂ ਤੈਨੂੰ ਮੈਂ ਕਹਿਤਾ ਨਾ ਵੀ ਜਿਹੜਾ ਕੁਛ ਕਹੇ ਉਹ ਕੁਛ ਦਵਾ ਲਈ, ਆਪਾਂ ਵਿਆਹ ਨੂੰ ਕੁਛ ਨਹੀਂ ਦਵਾਇਆ ਪੁੱਤ, ਐਵੇਂ ਲਿਆਏ ਸੀ। ਚੱਲ ਮਰਜ਼ੀ ਹੈ ਤੇਰੀ, ਹੁਣ ਚਮਲਾਈ ਚੱਲ, ਫਿਰ ਬਾਅਦ 'ਚ ਤੂੰ ਹੀ ਪਛਤਾਏਂਗੀ। ਮੇਰੇ ਲਈ ਤਾਂ ਖੀਰ ਬਣੀ ਹੈ, ਮੈਂ ਤਾਂ ਇਹ ਖਾਊਂ। ਸਾਡੇ ਲਈ ਵੀ ਬਣਾ ਦਿਆ ਕਰ ਕਦੇ ਕੁਛ ਮਾਤਾ। ਬੇ ਪੁੱਤ, ਆ ਸਾਰਾ ਜਿਹੜਾ ਕੁਛ ਹੈਗਾ ਤੇਰੇ ਲਈ ਹੈ, ਹੋਰ ਕਿਹਦੇ ਲਈ ਬਣਾਉਣੀ ਹੈਗੀ? ਤੂੰ ਮੇਰਾ ਪੁੱਤ ਹੈ, ਤੇਰੇ ਨਾਲ ਮੇਰੀ ਨੂੰਹ ਹੈ। ਮੈਂ ਤਾਂ ਸੋਚਿਆ ਸੀ ਮਾਂ ਮੇਰਾ ਤਾਂ ਹੁਣ ਪਿਆਰੇ ਘੱਟ ਗਿਆ। ਕੱਟ ਕਰ ਦਿਓ ਬਾਈ। ਉਹ ਕਮਲ ਆ ਜਾ ਹਮਰੇਰੀ। ਓਏ ਆ ਕੀ ਪਾ ਕੇ ਆ ਗਈ ਤੂੰ ਯਾਰ, ਸੂਟ ਸਾਟ ਨਹੀਂ ਪਾਇਆ ਜਾਂਦਾ ਤੇ ਤੋਂ? ਕਿਉਂ, ਕੀ ਖਰਾਬੀ ਹੈ ਇਸ ਵਿੱਚ? ਪਹਿਲਾਂ ਜਾ ਸੂਟ ਪਾ ਕੇ ਆ। ਲੈ, ਸੋਹਣਾ ਨਹੀਂ ਲੱਗ ਰਿਹਾ? ਤਾਂ ਇਹ ਨਾ ਮੇਰੀਆਂ ਪਿੰਡ 'ਚ ਗੱਲਾਂ ਕਰਾਉਣੀਆਂ ਨੇ, ਹੋਰ ਕੁਛ ਨਹੀਂ। ਕਿਉਂ, ਕੀ ਖਰਾਬੀ ਹੈ ਇਸ ਵਿੱਚ? ਚੱਲ ਫਿਰ ਮੈਂ ਵੀ ਨਹੀਂ ਜਾਂਦਾ, ਮੈਂ ਤਾਂ ਕੱਲ੍ਹ ਨੂੰ ਜਾਊਂਗਾ, ਮੈਂ ਨਹੀਂ ਜਾਂਦਾ ਕਿਤੇ। ਉਹ ਕੀ ਗੱਲ ਹੋ ਗਈ ਬਾਈ, ਤੂੰ ਬੜਾ ਉਦਾਸ ਉਦਾਸ ਜਿਹਾ ਰਹਿੰਦਾ ਗਾ। ਉਹ ਕੀ ਦੱਸਾਂ ਯਾਰ, ਮੈਂ ਕਮਲ ਦੀ ਫਿਕਰ ਕਰਦਾ, ਹੋਰ ਤਾਂ ਕੋਈ ਫਿਕਰ ਨਹੀਂ ਹੈਗਾ ਮੈਨੂੰ। ਕੀ ਹੋ ਗਿਆ ਇਹ ਜਾ? ਉਹ ਯਾਰ ਕਿੰਨਾ ਟਾਈਮ ਹੋ ਗਿਆ ਵਿਆਹ ਹੋਏ ਨੂੰ। ਹਾਂ ਕੀ ਹਾਂ, ਉੱਥੇ ਮੁੜ ਕੇ ਮੇਰੇ ਤੋਂ ਜਾਇਆ ਨਹੀਂ ਗਿਆ, ਨਾ ਹੀ ਜਾ ਸਕਦਾ ਮੈਂ, ਪਤਾ ਨਹੀਂ ਕਿਹੋ ਜਿਹਾ ਸੁਭਾਅ ਹੋਣਾ ਯਾਰ ਉਹਨਾਂ ਦਾ ਮਾਂ ਪੁੱਤਾਂ ਦਾ। ਯਾਰ ਇਹੋ ਜਿਹੀ ਕੀ ਗੱਲ ਆ, ਹਰ ਇੱਕੋ ਜਿਹੀ ਥੋੜ੍ਹੀ ਹੁੰਦੇ ਨੇ ਮੇਰੇ ਯਾਰ ਬਾਈ, ਹੈਂ? ਉਹ ਯਾਰ ਫਿਰ ਵੀ ਇਹ ਲੋਕਾਂ ਦਾ ਕੁਛ ਨਹੀਂ ਪਤਾ ਹੁੰਦਾ, ਜੇ ਮੈਂ ਗਿਆ ਮੰਨ ਕੇ ਜਾਂਦੇ ਨੇ ਪੁੱਠੇ ਪੈ ਜਾਣੇ ਮੈਨੂੰ। ਉਹ ਨਾ ਨਾ ਬਾਈ, ਕਾਹਨੂੰ ਪੈਂਦੇ ਨੇ ਯਾਰ, ਜਿੱਥੇ ਆਪਣੀ ਕੁੜੀ ਵਿਆਹੀ ਆ ਉੱਥੇ ਤਾਂ ਮੈਂ ਸਾਰਿਆਂ ਨੂੰ ਜਾਣਦਾ, ਆ ਮੇਰੀ ਚਾਚੀ ਦੇ ਪੇਕੇ ਨੇ ਇੱਥੋਂ ਦੇ। ਮੁੰਡਾ ਠੀਕ ਆ ਯਾਰ ਉਹ ਨਰਮਾ, ਤੂੰ ਗਿਆ ਗੁਆ ਵੀ ਨਹੀਂ ਮੈਨੂੰ ਲੱਗਦਾ ਨਾ ਮੁੜ ਕੇ ਕਦੇ ਉੱਥੇ। ਜਿੱਦਣ ਦੀ ਵਿਆਹੀ ਹੈ ਮੈਂ ਨਹੀਂ ਮੁੜ ਕੇ ਗਿਆ ਹੈਗਾ, ਨਾ ਹੀ ਉਹ ਆਏ ਨੇ ਮੇਰੇ ਕੋਲੇ, ਮੈਂ ਉਹਨਾਂ ਨੂੰ ਸਾਫ਼ ਮਨਾ ਕਰਤਾ ਸੀ ਕਿ ਆਪਣਾ ਕੋਈ ਰਿਸ਼ਤਾ ਨਹੀਂ ਹੈਗਾ ਹੁਣ। ਫਿਰ ਵੀ ਬਾਈ ਤੇਰੀ ਭੈਣ ਆ ਮੇਰੀ ਭੈਣ ਗੱਲ ਇੱਕੋ ਹੀ ਆ, ਫੋਨ ਫੋਨ ਵੀ ਨਹੀਂ ਆਉਂਦਾ। ਕਿੱਥੇ ਯਾਰ, ਦਿਲ ਤਾਂ ਮੇਰਾ ਬਹੁਤ ਕਰਦਾ ਕਿ ਜਾਇਆ ਮਾਂ, ਪਰ ਮੈਂ ਮਜਬੂਰ ਹਾਂ ਹਜੇ। ਨਾ ਨਾ ਬਾਈ ਕਾਲੇ, ਬਹੁਤ ਗਲਤ ਕਰ ਰਹੇ ਯਾਰ, ਤੂੰ ਜਾ ਕੇ ਆ ਬਾਈ, ਭੈਣ ਆ ਫਿਰ ਵੀ ਜੀ। ਚੱਲ ਮੈਂ ਦੇਖਦਾ ਫਿਰ, ਹੋਰ ਆਏ ਨਹੀਂ ਯਾਰ, ਕਰਿਆ ਕਰਦੇ ਜਾ ਅੱਜੇ ਸਲਾਹ ਕਰ ਯਾਰ ਬੰਦੇ। ਉਹ ਮੈਂ ਸੁਣਿਆ ਕਿ ਆਪਣਾ ਮੁੰਡੇ ਚੱਲ ਹੈ ਮਾੜਾ ਜਿਹਾ ਗਰੀਬ ਘਰੋਂ ਨੇ, ਪਰ ਫਿਰ ਵੀ ਬਹੁਤ ਨਰਮ ਨੇ ਵਿਚਾਰੇ। ਮੈਂ ਇਸੇ ਗੱਲ ਕਰਕੇ ਫਿਕਰ ਕਰਦਾ ਸੀ ਜ਼ਿਆਦਾ ਤਾਂ। ਚੱਲ ਕੋਈ ਗੱਲ ਨਹੀਂ, ਹੋਰ ਆ, ਅੱਜ ਮੈਂ ਗੇੜਾ ਮਾਰ ਕੇ ਆਉਣਾ ਫਿਰ। ਜਾ ਕੇ ਆ ਯਾਰ, ਜ਼ਰੂਰ ਆ। ਹਾਂ।